ਇੱਕ ਪੀੜਿਤ ਪਤਨੀ ਦੀ ਫਰਿਆਦ ਸੁਣ ਕੇ ਪੁਲਿਸ ਘਰ ਆਉਂਦੀ ਹੈ ਤਾਂ ਪਤੀ ਅਤੇ ਉਸਦੇ ਘਰ ਵਾਲੇ ਪੁਲਿਸ ਵਾਲੇ ਤੇ ਟੁੱਟ ਕੇ ਪੈ ਜਾਂਦੇ ਨੇ। ਤੁਹਾਨੂੰ ਦੱਸ ਦਈਏ ਕਿ ਇੱਕ ਮਹੀਨੇ ਪਹਿਲਾਂ ਹੀ ਦੋ ਜਣਿਆਂ ਦਾ ਵਿਆਹ ਹੋਇਆ। ਪਤੀ ਇੰਨਾ ਕਪੱਤਾ ਕਿ ਇੱਕ ਮਹੀਨੇ ਦੇ ਅੰਦਰ ਹੀ ਔਰਤ ਇੰਨੀ ਦੁਖੀ ਹੋ ਗਈ ਕਿ ਉਸਨੂੰ ਥਾਣੇ ਜਾਣਾ ਪਿਆ। ਥਾਣੇ ਗਈ, ਪੁਲਿਸ ਨੂੰ ਦਰਖਾਸਤ ਦਿੱਤੀ, ਪੁਲਿਸ ਅਫਸਰ ਨਾਲ ਆਇਆ, ਪਰ ਜਿਹੜੇ ਸਹੁਰੇ ਪਰਿਵਾਰ ਸੀ ਉਸਦਾ, ਉਹਨਾਂ ਨੇ ਪੁਲਿਸ ਵਾਲੇ ਦੀ ਕੁੱਟਮਾਰ ਕੀਤੀ ਹੈ। ਤਾਂ ਦੇਖੋ ਕਿੰਨੀ ਬੁਰੀ ਤਰੀਕੇ ਦੇ ਨਾਲ ਪੁਲਿਸ ਵਾਲੇ ਨੂੰ ਵੀ ਕੁੱਟਿਆ। ਇਸ ਔਰਤ ਨੂੰ ਤਾਂ ਰੋਜ਼ਾਨਾ ਕੁੱਟ ਪੈ ਰਹੀ ਸੀ, ਤਾਂ ਦੁਖੀ ਹੋ ਕੇ ਪੁਲਿਸ ਕੋਲ ਪਹੁੰਚੀ। ਪਰ ਇਸ ਪਰਿਵਾਰ ਅੰਦਰ, ਇਸਦੇ ਜਿਹੜਾ ਸਹੁਰਾ ਪਰਿਵਾਰ ਹੈ, ਉਸਦੇ ਅੰਦਰ ਪੁਲਿਸ ਦਾ ਵੀ ਖੌਫ ਬਿਲਕੁਲ ਖਤਮ ਹੋ ਚੁੱਕਿਆ ਹੈ। ਤਾਂ ਲੋਕਾਂ ਦੇ ਵਿੱਚ ਵਰਦੀ ਦਾ ਖੌਫ ਕਿਉਂ ਖਤਮ ਹੋ ਰਿਹਾ ਹੈ, ਕਿੱਥੇ ਕਮੀ ਆ ਰਹੀ ਹੈ, ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ। ਪਾਤਰਾ ਦੇ ਉਪਮੰਡਲ ਪਿੰਡ ਇਤਾਲਾ ਤੋਂ ਸਾਹਮਣੇ ਇਹ ਖਬਰ ਸਾਹਮਣੇ ਆ ਰਹੀ ਹੈ, ਜਿੱਥੇ ਇੱਕ ਮਹੀਨਾ ਪਹਿਲਾਂ ਗੁਰਦਾਸਪੁਰ ਜ਼ਿਲ੍ਹੇ ਦੀ ਰਹਿਣ ਵਾਲੀ ਇੱਕ ਵਿਆਹੁਤਾ ਔਰਤ, ਜਿਸ ਦਾ ਵਿਆਹ ਤਲਾਕਸ਼ੁਦਾ ਇੱਕ ਸ਼ਖਸ ਦੇ ਨਾਲ ਹੋਇਆ, ਹਾਲਾਂਕਿ ਦੋਹਾਂ ਦੀ ਦੂਜੀ ਮੈਰਿਜ ਸੀਗੀ ਪਰ ਟਿਕ ਨਾ ਸਕੀ ਇੱਕ ਮਹੀਨੇ ਵੀ, ਪੁਲਿਸ ਵਾਲਾ ਘਰ ਜਿਹੜੀ ਕਿ ਰਾਜੀਨਾਮਾ ਕਰਾਉਣ ਆਉਂਦਾ ਹੈ ਤਾਂ ਸਹੁਰਾ ਪਰਿਵਾਰ ਉਸਨੂੰ ਹੀ ਕੁੱਟ ਛੱਡਦਾ ਹੈ। ਆਓ ਪਤਨੀ ਤੋਂ ਵੀ ਸੁਣਾਂਗੇ ਕਿ ਆਖਿਰ ਕੀ ਗੱਲ ਹੋਈ, ਅਤੇ ਉਹ ਪੁਲਿਸ ਵਾਲਾ ਜਿਸ ਨੂੰ ਨਜਾਇਜ਼ ਹੀ ਇਹਨਾਂ ਲੋਕਾਂ ਦੇ ਵੱਲੋਂ ਕੁੱਟਿਆ ਗਿਆ, ਉਸਦੀ ਵੀ ਫਰਿਆਦ ਜ਼ਰੂਰ ਸੁਣਾਂਗੇ। ਮੇਰਾ ਝਗੜਾ ਜੀ 27 ਤਰੀਕ ਤੋਂ, ਮੇਰੇ ਵਿਆਹ ਹੋਇਆ ਸੀਗਾ ਇਹਦੇ ਨਾਲ, 28 ਤਰੀਕ ਤੋਂ ਇਹਨੇ ਮੇਰੀ ਕੁੱਟਮਾਰ ਸ਼ੁਰੂ ਕੀਤੀ ਹੈ ਪੀ ਕੇ ਇਹਦੇ ਨਾਲ। ਮੈਨੂੰ ਅੱਜ ਹਜੇ ਮਹੀਨਾ ਨਹੀਂ ਹੋਇਆ ਵਿਆਹ ਹੋਏ ਨੂੰ। ਹਾਂਜੀ, ਮੇਰੇ ਗੁਰਦਾਸਪੁਰ ਆ ਜੀ। ਹਾਂਜੀ, ਕਿੱਥੇ ਕਿਹੜੇ ਪਿੰਡ ਗਏ ਹੋ? ਇੱਥੇ ਅਤਾਲਾ ਪਿੰਡ ਅੱਗੇ ਦੇ ਲਾਗੇ। ਜਿਹੜਾ ਤੁਹਾਡਾ ਘਰ ਵਾਲਾ ਕੰਮ ਕੀ ਕਰਦਾ? ਇਹ ਗੱਡੀ ਚਲਾਉਂਦਾ ਵਾ, ਜਿੱਦਾਂ ਕਿਰਾਏ ਕਰੂਏ 'ਤੇ ਆਪਣੀ ਗੱਡੀ ਇਹਦੀ ਚਲਾਉਂਦਾ ਆ, ਅਤੇ ਇਹ ਕੁੱਟਮਾਰ ਕਰਦਾ ਇਹਦੀਆਂ ਭੈਣਾਂ ਨੂੰ ਵੀ। ਸਾਰੀਆਂ ਨੂੰ ਪਤਾ ਸੀਗਾ ਵੀ ਇਹ ਸ਼ਰਾਬ ਪੀਂਦਾ ਆ, ਇਹਦਾ ਪਹਿਲਾ ਘਰ ਵੀ ਜਿਹੜਾ ਉੱਜੜਿਆ ਇਸੇ ਸ਼ਰਾਬ ਦੇ ਚੱਕਰ ਵਿੱਚ ਹੀ ਉੱਜੜਿਆ। ਹਾਂ, ਇਹਦਾ ਵੀ ਦੂਜਾ ਵਿਆਹ, ਇਹ ਬੱਚੇ ਵੀ ਹੈ ਇਹਦੇ, ਵੱਡਾ ਮੁੰਡਾ ਇਹਦਾ ਨਾਂ ਗੁਰਮਾਨ ਸਿੰਘ ਹੈ, ਛੋਟੇ ਦਾ ਨਾਂ। ਇਹ ਬਸ ਇਹ ਮਾਰ ਕੁਟਾਈ ਕਰਦਾ, ਦਾਜ ਦੇ ਇੱਦਾਂ ਮਿੰਨਾ ਕਰਦਾ ਆ, ਹਰਸਮੈਂਟ ਕਰਦਾ ਆ ਮੈਨੂੰ ਟੋਰਚਰ ਕਰਦਾ ਆ ਜਦੋਂ ਵੀ ਹੈ। ਕਈ ਵਾਰੀ ਕੋਈ ਵੀ ਗੱਲ ਹੋ ਜਾਵੇ ਘਰ ਵਿੱਚ ਮਾੜੀ ਚੰਗੀ, ਕੋਈ ਵੀ ਬੱਚੇ ਨਹੀਂ ਪੜ੍ਹਦੇ ਤਾਂ ਵੀ ਇਹਨੇ ਮੈਨੂੰ ਰਾਤ ਨੂੰ ਕੁੱਟ ਘਟਾਵਾ ਕਰਨਾ ਆ। ਇਹ ਸਵੇਰ ਤੋਂ 4 ਵਜੇ ਤੋਂ ਪਹਿਲੇ ਬੱਚੇ ਦੇ ਕਿੰਨੇ? ਇਹਦੇ ਬੱਚੇ ਜਿਹੜੇ ਆ 2 ਆ, ਮੇਰਾ ਕੋਈ ਬੱਚਾ ਨਹੀਂ। ਹਾਂ, ਤੇ ਇਹ ਮੰਨ ਲਓ ਤੁਹਾਡੇ ਕੋਲ 2-3 ਦਿਨ ਪਹਿਲਾਂ ਕੋਈ ਸਮਝੌਤਾ ਹੋਇਆ ਕਿਸੇ ਗੱਲ ਤੇ? ਸਾਡਾ ਸਮਝੌਤਾ ਉਹ ਸੀ, ਉਹ ਸਾਡੀ ਪਰਸਨਲ ਹੋਰ ਗੱਲ ਸੀਗੀ ਇਸ ਚੀਜ਼ ਤੇ। ਕੋਈ ਹੁਣ ਗੱਲ ਹੋਈ ਹੈ ਜੀ, ਇਹ ਗੱਲ ਸਿਰਫ ਉਹੀ ਬਾਰ ਬਾਰ ਕਹਿੰਦਾ ਸੀ ਮੈਨੂੰ ਪੇਕੇ ਨਹੀਂ ਜਾਣ ਦਿੰਦਾ। ਹਾਂ, ਮੈਨੂੰ ਪੇਕੇ ਨਹੀਂ ਜਾਣ ਦਿੰਦਾ, ਮੈਂ ਪੇਕੇ ਜਾਣਾ ਚਾਹੁੰਦੀ ਹਾਂ। ਕੱਲ ਫਿਰ ਮਾਰਕੁੱਟ ਹੋਈ, ਇਹਨੇ ਮੇਰਾ ਇੰਨਾ ਕੁ ਆਪਣਾ ਯਾਨੀ ਕਿ ਡੈਮੇਜ ਕੀਤਾ ਹੋਇਆ ਮੈਨੂੰ ਕਿ ਮੈਂ ਉੱਠ ਕੇ ਤੁਰਨ ਜੋਗੀ ਨਹੀਂ। ਮੇਰੇ ਪੇਟ 'ਚ ਲੱਤਾਂ ਮਾਰੀਆਂ ਨੇ ਇਹਨੇ, ਮੇਰੇ ਲੱਕ 'ਚ ਲੱਤਾਂ ਮਾਰੀਆਂ ਹੋਈਆਂ ਨੇ ਇਹਨੇ। ਇਹ ਕਹਿੰਦੇ ਵੀ ਤੁਸੀਂ ਮੇਰਾ ਸੁਣ ਇਸੇ 4 ਤੋਲੇ ਸੋਨਾ ਲੈ ਗਏ, ਛਾਪ ਲੈ ਗਏ, ਕੋਈ ਨਗਦ 3-3.5 ਲੱਖ ਰੁਪਏ ਲੈ ਗਏ? ਨਾ ਜੀ, ਮੈਂ ਇਹੋ ਜਿਹੀ ਕੋਈ ਚੀਜ਼ ਨਹੀਂ ਖੜੀ ਹੈਗੀ ਇਹਦੇ ਘਰੋਂ, ਸਗੋਂ ਉਲਟਾ ਇਹਨੇ ਮੇਰਾ ਆਧਾਰ ਕਾਰਡ, ਮੇਰੇ ਕੱਪੜੇ ਅਤੇ ਮੇਰੇ ਪੈਸੇ ਜਿਹੜੇ ਸੀਗੇ ਥੋੜ੍ਹੇ ਬਹੁਤੇ, ਉਹ ਮੇਰੇ ਇਹਨੇ ਕੱਢ ਲਏ ਆ। ਤੰਗ ਕਰਦਾ? ਕਿਸ ਗੱਲ ਤੰਗ ਕਰਦਾ? ਤੰਗ ਸਿਰਫ ਇਹੀ ਹੈ ਜਦੋਂ ਵੀ ਘਰ ਵਿੱਚ ਕੋਈ ਵੀ ਗੱਲ ਹੈ ਇਹਨੇ ਮੇਰੇ 'ਤੇ ਮੜ ਜਾਣੀ ਹੈ। ਘਰ ਵਿੱਚ ਕੰਮ ਨਹੀਂ ਹੋਇਆ ਤਾਂ, ਇਹਦੇ ਬੱਚੇ ਨਹੀਂ ਪੜ੍ਹਨ ਦੇ ਤਾਂ, ਨਾ ਕੋਈ ਭੈਣਾਂ ਹੈਗੀਆਂ ਨੇ, ਇਹਦੀਆਂ ਭੈਣਾਂ ਨੂੰ ਹੀ ਪਤਾ ਸੀਗਾ। ਇਹਦੀਆਂ ਭੈਣਾਂ ਨੂੰ ਇੰਨਾ ਮੈਂ ਕਿਹਾ, ਮੈਂ ਦੀਦੀ ਨਸ਼ਾ ਵੀ ਕਰਦਾ ਆ, ਹੋਰ ਵੀ ਕਰਦਾ ਹੋਏਗਾ, ਇਹ ਬਾਹਰੋਂ ਨਸ਼ਾ ਕਰਕੇ ਆਉਂਦਾ, ਸ਼ਰਾਬ 'ਤੇ ਬਹੁਤ ਪੀਂਦਾ ਸ਼ਰਾਬ 'ਤੇ। ਹਾਂਜੀ, ਪੁਲਿਸ ਨੂੰ ਮੈਂ ਘੱਗੇ ਪੁਲਿਸ 'ਤੇ ਨਾਲ ਹੋਈ ਹਾਂ,
ਉਹਨਾਂ ਨੇ ਮੇਰੀ ਦਾਖਲ ਹੋਣ ਵੀ ਉਹਨਾਂ ਨੂੰ ਪਤਾ ਹੈ ਦਾਖਲ ਹੋਈ ਪਈ ਹਾਂ, ਉਹਨਾਂ ਦੇ ਮੈਂ ਦਰਖਾਸਤ ਕੀਤੀ ਹੋਈ ਆ, ਉਹਨਾਂ ਮੇਰੀ ਸੁਣਵਾਈ ਵੀ ਚੰਗੀ ਕੀਤੀ ਆ, ਥਾਣੇਦਾਰ ਸਾਹਿਬ ਗਏ ਸੀਗੇ, ਹਾਂ ਥਾਣੇਦਾਰ ਸਾਹਿਬ ਨੂੰ ਇਹਨੇ ਕੁੱਟਮਾਰ ਕੀਤੀ, ਥਾਣੇਦਾਰ ਸਾਹਿਬ ਦਾ ਇਹਨੇ ਸਿਰ ਸੁਰ ਪਾਰ ਕੇ ਉਹਨੂੰ ਵਿਚਾਰੇ ਨੂੰ ਪਾਤਰਾਂ ਦਾਖਲ ਕੀਤਾ ਹੋਇਆ ਵਾ, ਉਹਨਾਂ ਦੀ ਉਹਦੀ ਸਾਰੀ ਵਰਦੀ ਤਿੱਤਰ ਬਿੱਤਰ ਕਰ ਦਿੱਤੀ। ਝਗੜਾ ਇਹ ਹੈ ਜੀ, ਮੈਂ ਕੋਈ ਝਗੜਾ ਨਹੀਂ ਸਾਡਾ, ਮੈਂ ਖੇਤੀ 'ਚ ਕੰਮ ਕਰ ਰਿਹਾ ਸੀ ਅਤੇ ਮੇਰੀ ਵਾਈਫ ਅਤੇ ਵਿਚੋਲੇ ਜਿਹੜੇ ਰਿਸ਼ਤਾ ਰਿਲੇਸ਼ਨ 'ਚ ਰਹਿੰਦੀ ਸੀ ਮੇਰੇ ਨਾਲ, ਅਤੇ ਜਿੰਨਾ ਉਹਦੀ ਭੂਆ ਦੀ ਕੁੜੀ ਅਤੇ ਉਹਦਾ ਪ੍ਰਾਹੁਣਾ ਆਏ ਮੈਨੂੰ ਕੱਲ੍ਹ ਹੀ 17 ਤਰੀਕ ਨੂੰ ਅਸੀਂ ਥਾਣੇ 'ਚ ਨਿਬੜਿਆ, ਉਹਦੇ ਪੁਰਾਣਾ ਪਿੱਛੇ ਵਾਲਾ ਬੰਦਾ ਆ ਗਿਆ ਸੀ ਨਾਲ, ਅਤੇ ਕਹਿੰਦੀ ਮੈਂ ਤੇਰੇ ਨਾਲ ਹੀ ਰਹਿਣਾ, ਮਰ ਜਾਵਾਂਗੀ, ਜਾਂਦੀ ਨਹੀਂ। ਮੈਨੂੰ ਝਾਸਾ ਦੇ ਕੇ ਵਿਸ਼ਵਾਸ ਦਾ ਕੋਈ, ਮੈਂ ਵਿਸ਼ਵਾਸ ਕੀਤਾ ਅਤੇ ਉਹਨੇ ਚੱਕ ਕੇ ਮੈਨੂੰ ਠੇਕਾ ਮਿਲਿਆ, ਚਾਰ ਤੋਲੇ ਸੋਨਾ ਸੀ, ਇੱਕ ਉੱਤੇ ਛੋਟੀ ਜਿਹੀ ਛਾਪ ਸੀ, ਅਤੇ 3,27,000 ਰੁਪਈਆ ਠੇਕਾ ਮਿਲਿਆ ਜ਼ਮੀਨ ਦਾ, ਅਤੇ ਲੈ ਕੇ ਉਹ ਤਾਂ ਤੁਸੀਂ ਵੀ ਜਨਾਬ ਸਿਆਣੇ ਹੋ, ਲੈ ਕੇ ਕਹਿੰਦਾ ਹੁੰਦਾ ਵੀ ਮੈਨੂੰ ਪੈਸਾ ਲਿਆ। ਮੈਂ ਕੀਤੀ ਸ਼ਿਕਾਇਤ ਜਾ ਕੇ ਥਾਣੇ 'ਚ, ਮੈਂ ਰਬੜ ਦਿੱਤੀ, ਐਸ ਓ ਸਾਹਿਬ ਮਿਲਿਆ, ਮੁਨਸ਼ੀ ਨੂੰ ਮਿਲਿਆ, ਉਹਨਾਂ ਨੇ ਕਿਹਾ ਵੀ ਤੂੰ ਛੋਟੇ ਮੁਨਸ਼ੀ ਨੂੰ ਰਬੜ ਮੇਰਾ ਕਾਗਜ਼ ਦਰਖਾਸਤ ਫੜਾ ਤੀ, ਹੁਣ ਬਾਹਰ ਹੀ ਦਰਖਾਸਤਾਂ ਲਿਖਦੇ ਨੇ ਉੱਥੋਂ ਲਿਖਾ ਕੇ, ਮਤਲਬ ਪੁਲਿਸ ਤੁਹਾਡੇ ਘਰ ਗਈ, ਫਿਰ ਉੱਥੇ ਵੀ ਕੋਈ ਝਗੜਾ? ਨਾ ਜੀ ਨਾ, ਪੁਲਿਸ ਵਾਲਿਆਂ ਨੂੰ ਇੰਨਾ ਪੈਸੇ ਦੇ ਕੇ, ਇੱਕ ਕਾਨਗੜ ਦਾ ਕਾਨਗੜੀਆਂ ਡੇਰਾ ਵੱਜਦਾ ਡਰੋਲੀ ਦੇ ਕੋਲ, ਤੁਹਾਡਾ ਪੁਲਿਸ ਨਾਲ ਤਕਰਾਰ ਹੋਇਆ ਥਾਣੇਦਾਰ ਨਾਲ? ਪੁਲਿਸ ਵਾਲੇ ਨੇ ਮੇਰੇ ਆਉਣ ਸਾਰ ਮੁੱਕੀ ਮਾਰੀ ਜੀ, ਮੂੰਹ 'ਤੇ ਆ ਵੇਖੋ ਬੁੱਲ ਪਾਟਾ, ਇੱਥੇ ਅੱਖ 'ਤੇ ਮਾਰੀ, ਟੀਚਰ ਮਾਰਨਾ ਜੀ ਨਾ, ਮੈਂ ਉਹਨੂੰ ਹੱਥ ਦਾਖਲ ਦੋ, ਉਹ ਉਲਟਾ ਹੋਇਆ ਜੀ ਮੇਰੇ ਬਣਾਉਣ ਕਰਕੇ, ਮੇਰੇ ਉਹਦੇ ਜਾ ਕੇ ਵੇਖ ਲਓ, ਕੋਈ ਵੀ ਸੱਟ ਆ ਜੇ ਕੁਛ ਆ ਜੇ ਆਪਾਂ ਦਿੰਦਾ। ਕਿੱਥੇ ਕੱਲ੍ਹ ਡਿਊਟੀ 'ਤੇ ਗਏ, ਕੀ ਘਟਨਾ ਤੁਹਾਡੇ ਨਾਲ ਹੋਈ ਹੈ? ਮੈਂ ਕਰੀਬ 2 ਸਾਲ ਤੋਂ ਥਾਣਾ ਘੱਗੇ 'ਚ ਡਿਊਟੀ ਕਰ ਰਿਹਾ, ਔਰ ਕੱਲ੍ਹ ਮੈਂ ਬਤੌਰ ਡਿਊਟੀ ਅਫਸਰ ਸੀਗਾ, ਮੈਂ ਥਾਣੇ 'ਚ ਹਾਜ਼ਰ ਸੀਗਾ, ਕੰਟਰੋਲ ਰੂਮ ਤੋਂ ਇੱਕ ਮੁੰਸ਼ੀ ਨੇ ਦੱਸਿਆ ਵੀ ਫੋਨ ਆਇਆ, ਅਮਨਦੀਪ ਕੌਰ ਹੈ ਕੋਈ, ਪੁੱਤਰੀ ਬਲਵੀਰ ਸਿੰਘ ਜੋ ਤਾਣਾ ਵਿਆਹੀ ਹੋਈ ਆ, ਉਹਦਾ ਘਰ ਵਾਲਾ ਨਾਨਕ ਸਿੰਘ ਉਹਦੀ ਕੁੱਟਮਾਰ ਕਰ ਰਿਹਾ, ਸੁਝਾਓ। ਜਦੋਂ ਮੈਂ ਥਾਣੇ 'ਤੇ ਗੇਟ 'ਤੇ ਆਇਆ ਨਾ, ਅਮਨਦੀਪ ਕੌਰ ਅਤੇ 3 ਰਿਸ਼ਤੇਦਾਰ ਉਹਦੇ ਮੈਨੂੰ ਥਾਣੇ ਦੇ ਗੇਟ 'ਤੇ ਹੀ ਮਿਲ ਗਏ, ਮੈਂ ਉਸ ਤੋਂ ਬਾਅਦ ਉਹਨਾਂ ਨੂੰ ਉੱਥੇ ਥਾਣੇ 'ਚ ਕਢਾ ਕੇ ਉੱਥੇ ਉਹਨਾਂ ਦੇ ਨਾਨਕ ਦੇ ਘਰੇ ਗਿਆ, ਅਤੇ ਡੈਡੀ ਨੇ ਬਾਰ ਖੋਲਿਆ, ਮੈਂ ਕਿਹਾ ਨਾਨਕ ਸਿੰਘ ਕਿੱਥੇ ਆ? ਕਹਿੰਦੇ ਵੀ ਅੰਦਰ ਆ। ਮੈਨੂੰ ਕਿਹਾ ਪਤਾ ਪਤਨੀ ਦਾ ਝਗੜਾ ਇਹਨਾਂ ਦਾ, ਚਲੋ ਆ ਜਾਓ, ਉੱਥੇ ਬੈਠੇ ਨੇ, ਨਿਬੇੜ ਦਿੰਦੇ ਹਾਂ ਤੁਹਾਡਾ, ਕੋਈ ਗੱਲ ਨਹੀਂ। ਉਹਦੇ ਡੈਡੀ ਨੇ ਇੰਨੀ ਗੱਲ ਮੈਂ ਕਹੀ, ਅਤੇ ਉਸ ਤੋਂ ਬਾਅਦ ਨਾਨਕ ਸਿੰਘ, 3 ਭੈਣਾਂ ਇਹਦੀਆਂ ਅਤੇ 1 ਨਾਨਕ ਸਿੰਘ ਦਾ ਭਾਣਜਾ, ਇੱਕਦਮ ਹੀ ਆਏ, ਪਤਾ ਨਹੀਂ ਉਹਨਾਂ ਨੇ ਕੀ ਅੰਦਰ ਬਿਠਾਇਆ ਸੀ। ਮੇਰੇ ਆਉਣ ਸਾਹਿਬ ਨਾਨਕ ਸਿੰਘ ਨੇ ਅਤੇ ਖੱਬੇ ਪਾਸੇ ਪੁੜ ਵਿੱਚ ਘਸੁੰਨ ਮਾਰਿਆ, ਮੇਰੀ ਪੱਗ ਡਿੱਗੀ ਥੱਲੇ, ਪੱਗ ਡਿੱਗਣ ਤੋਂ ਬਾਅਦ ਪੱਗ ਚੱਕ ਕੇ ਮੇਰੀ ਆਪਦੇ ਉਹਦੇ ਕੋਠੀ 'ਚ ਮਾਰੀ ਭਗਾ ਕੇ, ਚਲੋ ਮੈਂ ਆਪਣਾ ਬਚਾਅ ਕਰਦਾ ਰਿਹਾ। ਜਿਹੜੀ ਉਹਦੀ ਭੈਣਾਂ ਨੇ, ਉਹਨਾਂ ਨੇ ਵੀ ਮੈਨੂੰ ਫੜ ਲਿਆ, ਮੈਨੂੰ ਫੜ ਹੀ ਰੱਖਿਆ, ਮੈਂ ਬਚਾਅ ਕਰਦਾ। ਨਾਨਕ ਸਿੰਘ ਨੇ ਇੱਥੇ ਮੇਰੇ ਨਾਲ ਸਿਰਫ, ਮੈਂ ਉਹਨਾਂ ਨੂੰ ਨਾ, ਮੈਂ ਉਹਨੂੰ ਗ੍ਰਿਫਤਾਰ ਕਰਨ ਗਿਆ ਸੀ, ਨਾ ਮੈਂ ਤਾਂ ਇੱਕ ਸਿਰਫ ਪਤੀ ਪਤਨੀ ਦਾ ਝਗੜਾ ਸੀ ਵੀ ਉਹ ਬੈਠੇ ਨੇ ਉੱਥੇ, ਆ ਜਾਓ ਤੁਹਾਡਾ ਸੁਲਝਾ ਦਿੰਦੇ ਹਾਂ ਜੀ। ਇੱਕ ਪੁਲਿਸ ਅਫਸਰ ਦੀ ਵੀ ਕੰਪਲੇਂਟ ਆਈ 100 ਨੰਬਰ ਤੋਂ, ਮੈਂ ਉਹਨਾਂ ਨੂੰ ਕੋਈ ਅਰੈਸਟ ਕਰਨੇ ਆ ਕੁਛ ਨਹੀਂ ਗਿਆ ਸੀਗਾ, ਅਕਸਰ ਅਸੀਂ ਚਲੇ ਹੀ ਜਾਂਦੇ ਹਾਂ ਜਦੋਂ ਐਮਰਜੈਂਸੀ ਕਾਲ ਆਉਂਦੀ ਹੈ, ਚਲੇ ਹੀ ਜਾਂਦੇ ਹਾਂ, ਐਸੀ ਗੱਲ ਨਹੀਂ। ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਕੁੱਟਣਾ ਮਾਰਨਾ ਸ਼ੁਰੂ ਕਰਤਾ, ਅਤੇ ਇਹਦੇ ਭਾਣਜਾ ਅਤੇ ਨਾਨਕ ਸਿੰਘ ਨੇ ਮੇਰੇ ਇੱਥੇ ਸਿਰ ਦੇ ਵਿੱਚ ਨਾ ਕੜੇ ਪਾਏ ਸੀ, ਇਹਨੇ ਜ਼ੋਰ ਜ਼ੋਰ ਨਾਲ ਮੁੱਕੀਆਂ ਮਾਰੀਆਂ। ਉਹ ਤੋਂ ਮੈਂ ਬਚਾਅ ਕਰਕੇ ਆਪਦਾ ਹਿੰਮਤ ਕਰਕੇ ਮੈਂ ਬਾਹਰ ਆ ਗਿਆ, ਮੈਂ ਆਪਦਾ ਉਹਦਾ ਗੇਟ ਹੈ ਜਿਹੜਾ ਉਹ ਐਂ ਖਿੱਚ ਲਿਆ ਬਾਹਰ ਨੂੰ ਵੱਧ ਕਰ। ਉਸ ਤੋਂ ਬਾਅਦ ਸਾਰੇ ਜਣਿਆਂ ਨੇ ਗੇਟ ਖੋਲ੍ਹ ਕੇ ਇੱਕਦਮ ਮੈਨੂੰ ਇੱਥੋਂ ਗੁਲਾਮੇ ਤੋਂ ਫੜ ਕੇ
ਸਾਹਮਣੇ ਕੰਧ ਹੈ, ਕੰਧ ਦੇ ਨਾਲ ਲਾ ਲਿਆ, ਮੁੱਕੀਆਂ ਮਾਰਦੇ ਗਏ ਮੇਰੇ ਸਿਰ ਦੇ ਵਿੱਚ। ਕਿੰਨੇ ਬੰਦੇ ਟੁੱਟ ਰਹੇ ਸਾਰੇ? ਇਹ ਤਿੰਨ ਬੰਦੇ ਸੀ, ਤਿੰਨੇ ਜਨਾਨੀਆਂ ਨੇ, ਇੱਕ ਹੋਰ ਮੁੰਡਾ, ਸੱਤ। ਹੁਣ ਤੁਸੀਂ ਸ਼ਿਕਾਇਤ ਥਾਣੇ ਦਰਜ ਕਰਾ ਦਿੱਤੀ ਆਪਣੀ? ਹਾਂਜੀ, ਮੈਨੂੰ ਉਸ ਤੋਂ ਬਾਅਦ ਇਹ ਕੁੱਟਦੇ ਰਹੇ ਪਿੰਡ ਦੇ ਵਿੱਚ। ਚਲੋ ਇੱਕ ਇੱਧਰੋਂ ਇੱਕ ਬੰਦਾ ਆਇਆ ਗਿਆ ਨਹੀਂ, ਉਹ ਕਹਿੰਦੇ ਕਿਉਂ ਕੁੱਟ ਰਹੇ ਹੋ ਇਹਨੂੰ, ਤੁਹਾਡੇ 'ਤੇ FIR ਹੋ ਜਾਏਗੀ। ਚਲੋ ਮੈਂ ਹਿੰਮਤ ਕਰਕੇ ਛੱਡ ਕੇ ਮੈਂ ਗਲੀ 'ਚ ਆ ਗਿਆ, ਇਹਨਾਂ ਨੂੰ ਮੈਂ ਪੁਲਿਸ ਪਾਰਟੀ ਆ ਗਈ, ਉਹਨਾਂ ਮੈਂ ਥਾਣੇ 'ਚ ਦਾਖਲ ਕਰਤਾ। ਇਹਨਾਂ ਸ਼ਿਕਾਇਤ ਕਰਤੀ ਸਿਰ ਦੇ ਵਿੱਚ? ਹਾਂਜੀ, ਸ਼ਿਕਾਇਤ ਕਰਤੀ, ਮੇਰਾ ਬਿਆਨ ਮਾਮਲਾ ਦਰਜ ਹੋ ਗਿਆ ਤੁਹਾਡੇ ਬਿਆਨਾਂ 'ਤੇ? ਹਾਂਜੀ ਹਾਂਜੀ। ਹਾਂਜੀ, ਕਿਸ ਮਤਲਬ ਜਾਨਲੇਵਾ ਹਮਲਾ ਹੋਇਆ ਤੁਹਾਡੇ 'ਤੇ? ਮੈਨੂੰ, ਮੈਂ ਕਹਿੰਦਾ ਜੇਕਰ ਮੈਂ ਆਪਦੀ ਫੁਰਤੀ ਨਾ ਦਿਖਾਉਂਦਾ ਤਾਂ ਮੈਨੂੰ ਇਹਨਾਂ ਨੇ ਸਾਰੇ ਮੁੰਡਿਆਂ ਨੇ ਮਾਰ ਦੇਣਾ ਸੀਗਾ, ਵਿੱਚੇ ਔਰਤਾਂ ਮਾਰ ਹੀ ਦੇਣਾ ਸੀ ਮੈਨੂੰ। ਮੇਰੇ ਰਾਡ ਮਾਰਿਆ ਨਾ ਸੀ, ਅੱਧਾ ਰਾਡ ਜਦੋਂ ਕੰਧਲਾ ਟਕਰਾ ਕੇ ਅੱਧਾ ਕੁਝ ਸਿਰ 'ਤੇ ਵੱਜਿਆ, ਉਹਦੀ ਇਸ ਤਰ੍ਹਾਂ ਕਰਕੇ ਮਾਰੇ, ਮੁੱਕੀਆਂ ਬਹੁਤ ਜ਼ਿਆਦਾ ਮਾਰੀ ਨੇ ਕੜੇ ਇਸ ਤਰ੍ਹਾਂ ਸਿਰ 'ਤੇ। ਜਿਹੜਾ ਉਹਦਾ ਛੋਟਾ ਭਾਣਜਾ, ਉਹਦਾ ਕੱਦ ਕਦਰਾ ਸੀ, ਲੇਕਿਨ ਉਹਨੇ ਪੁੜਪੜੀ ਦੇ ਵਿੱਚ ਜਿੱਥੇ ਤੱਕ ਉਹਦਾ ਹੱਥ ਪਹੁੰਚਦਾ ਸੀ ਉੱਥੇ ਤੱਕ ਮਾਰੀ ਗਿਆ ਉਹ। ਕੱਲ੍ਹ ਮਿਤੀ 1924 ਨੂੰ ਅਮਨਦੀਪ ਕੌਰ ਦੀ ਪਿੰਡ ਤਾਲਾਂ ਦੀ ਰਹਿਣ ਵਾਲੀ ਸੀਗੀ, ਉਹਨੇ ਕੰਪਲੇਂਟ ਕੀਤੀ ਕੰਟਰੋਲ ਰੂਮ 'ਤੇ। ਸਾਨੂੰ ਤਲਾਹ ਮਿਲੀ ਕਿ ਉਸਦੇ ਘਰ ਵਾਲਾ ਨਾਨਕ ਸਿੰਘ ਹੈ ਅਤੇ ਉਸਦਾ ਪਰਿਵਾਰ ਉਸਨੂੰ ਤੰਗ ਪਰੇਸ਼ਾਨ ਕਰਦਾ, ਜਿਹਦੇ ਸੰਬੰਧ ਵਿੱਚ ਮੇਰਾ ਥਾਣੇਦਾਰ ਬਲਵਿੰਦਰ ਸਿੰਘ ਗਿਆ ਉੱਥੇ। ਪੁੱਜ ਕੇ ਉਹਨਾਂ ਨੂੰ ਜਿਹੜਾ ਗੁਰੂ ਨਾਨਕ ਸਿੰਘ ਸੀਗਾ ਮੇਰੇ ਥਾਣੇਦਾਰ ਦੇ ਗਲ ਪੈ ਗਿਆ, ਉਸ ਨੂੰ ਸਮੇਤ ਪਰਿਵਾਰ ਦੇ ਜਿਹੜਾ ਮੇਰੇ ਥਾਣੇਦਾਰ ਨੂੰ ਉਹਨਾਂ ਨੇ ਕੁੱਟਿਆ। ਕਿਹੜੀ ਧਾਰਾ ਲਈ ਇਹਨਾਂ ਦੇ ਖਿਲਾਫ? ਇਹਨਾਂ ਦੇ ਖਿਲਾਫ ਇਹ 7 ਬੰਦਿਆਂ ਦੇ ਵਿਖਾ ਮੁਕੱਦਮਾ ਦਰਜ ਹੈ, 307, 333, 353, 186 ਅਤੇ 506, 148, 149, 341 ਇਹਨਾਂ ਦੇ ਵਰਗ। ਹਾਂ, ਇਹਨਾਂ ਦੇ ਦੋ ਲੇਡੀਜ਼ ਦੀ ਜਿਹੜੀ ਸੀਗੀ ਉਹ ਮੌਕੇ 'ਤੇ ਗ੍ਰਿਫਤਾਰ ਕਰ ਲਈ ਸੀ। ਬਾਕੀ ਟੀਮਾਂ? ਹਾਂ, ਬਾਕੀ ਟੀਮਾਂ ਗਈਆਂ ਹੋਈਆਂ ਨੇ, ਜਲਦੀ ਗ੍ਰਿਫਤਾਰ ਕਰ ਲਾਂਗੇ।